ਤੁਹਾਨੂੰ ਕੋਈ ਜੁਰਮਾਨਾ ਨਾ ਹੋਵੇ ਨਾ 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 ਸਾਇਨ ਨੇ ਪੁਲਿਸ ਵਾਲੇ ਨੂੰ ਪੁੱਛਣਾ ਸੀ ਪੁਲਿਸ ਵਾਲੇ ਨੇ ਕੀ ਬਾਤ ਹੈ ਪੂਰਾ ਦੁਆ ਕੈਂਟੀਆ ਕੋ ਦਾ ਘੁਮਾਉਂ ਇੰਦੇ ਤੇ ਬੈ ਲੋ ਗਾ ਚਲੋ ਠੀਕ ਹੈ ਚਲੀ ਠੀਕ ਹੈ ਚਲੋ ਜੀ से मिलेगा और कोई ब्रांच से जो भी मिलेगा वो ठीक नहीं अच्छा हर कल्चर का अपना है मुझे एक बात बताओ कि मुल्तान में मैंने मुल्तान के आम है लेकिन मैंने मुल्तान में आम देखे ही नहीं है क्या बात है आप बड़े मुल्तान अभी थोड़ा सा 2 किलोमीटर इन सफर के लिए आपको बाग ही बाग नजर आएंगे कहाँ पे ये बोसा रोड पे चले जाओ इस रोड पे चले जाओ बोसा रोड पे बोसा रोड पे बाग ही बाग है वो मोसन रोड बोसन बोसन एक बोसन एक बरादरी है बोसनों की जो है यूसर रजा गिलानी के मुकाबले है मैंने सीट पे लड़ता है सिकंदर बोसन बोसन रोड हाँ बोसन रोड किस तरफ है वो है जहाँ पे 9 नंबर चुकी है ना 9 नंबर से जो बोसन रोड यूनिवर्सिटी है बोसन रोड यूनिवर्सिटी हाँ बोसन रोड है ना जिक्र है यूनिवर्सिटी नहीं कितने दूर है यहाँ से इधर से हो गया 8-9 किलोमीटर हो गया पूरे बाग ही बाग है वहाँ पे फिर नहीं कर सकते जा सकते जो चीज करो इधर रोड कट नहीं है हमारे बोसन रोड बोसन बोसन वो बोसन बोसन याद रखिए बोसन रोड
मालूम है दिल्ली गेट दिस वे जिसे चलते हो क्या खास गल है दिल्ली गेट दी सही है माशाल्लाह सही है खास गल क्या है ਇਹਦੀ ਉਹ ਗੇਟ ਦੀ ਹੈਗੀ ਹੈ ਖਾਸ ਦਿੱਲੀ ਤੋਂ ਜਾਣਾ ਹੈ ਗੇਟ ਹਾਂਜੀ ਇਹ ਮੂਲੇ ਤੌਰ ਦਾ ਬਣਿਆ ਹੋਇਆ ਅੱਛਾ ਸੁਣਿਆ ਇਹਦਾ ਰੁਖ ਦਿੱਲੀ ਦਾ ਰਹੇ ਨਹੀਂ ਦਿੱਲੀ ਦਾ ਨਹੀਂ ਹੈ ਇੱਥੇ ਤਾਂ ਹੀ ਹੈਗਾ ਪਾਕਿਸਤਾਨ ਦਾ ਸ਼ੁਰੂ ਦੇ ਤੌਰ ਦਾ ਇਹ ਸਭ ਤੋਂ ਖੂਬਸੂਰਤ ਗੇਟ ਹੈ ਮਾਸ਼ਾ ਅੱਲਾਹ ਸਭ ਤੋਂ ਖੂਬਸੂਰਤ ਗੇਟ ਹਾਂਜੀ ਕਦੋਂ ਦੇ ਸਿੱਧੀ ਖਲਦੇ ਹੋ ਅਸੀਂ ਸਾਡੀ ਪੈਦਾਇਸ਼ ਇੱਥੇ ਦੀ ਹੈ ਮੇਰੇ ਖਿਆਲ ਕੋਈ ਹੋ ਗਿਆ ਕੋਈ 30 ਸਾਲ ਹੋ ਗਿਆ 30 ਸਾਲ ਹੋ ਗਏ ਗੇਟ ਉਸਨਾਂ ਦਾ ਸੁਤ ਰਹੀ ਹੈ ਉਸ ਤਰ੍ਹਾਂ ਹੀ ਹੈਗਾ ਕੀ ਬਦਲਿਆ ਬਾਜੀ ਇੱਟਾਂ ਬਦਲੀ ਸੀ ਥੋੜ੍ਹੀ ਜੀ ਇੱਟਾਂ ਬਦਲੀਆਂ ਜਿਹੜੇ ਡਿਪੈਂਡ ਹੋ ਜਾਂਦੇ ਨੇ ਜਿਹੜੇ ਦੇਖੋ ਇਹ ਥੋੜ੍ਹੀ ਬਦਲੀ ਸੀ ਪਹਿਲੇ ਕਿਸੇ ਅਰਸੇ ਪਹਿਲੇ ਯਾਨੀ ਕਿ ਪਹਿਲਾਂ ਮਜ਼ਬੂਤ ਇੱਟਾਂ ਹਾਂਜੀ ਹਾਂਜੀ ਕੱਚੀਆਂ ਇੱਟਾਂ ਲਾ ਛੜੀਆਂ ਨੇ ਉਹ ਕੱਢ ਦਿੱਤੀਆਂ ਨਵੀਆਂ ਲਾ ਦਿੱਤੀਆਂ ਸੀ ਕੱਚੀਆਂ ਲਾ ਛੜੀਆਂ ਨੇ ਪੁਰਾਣੀਆਂ ਮੁਢਲੀ ਜ਼ਮਾਨੇ ਇੱਟਾਂ ਤੇ ਪਾ ਨਹੀਂ ਨਹੀਂ ਇਹ ਨਹੀਂ ਸਾਰੇ ਨਹੀਂ ਤੋਂ ਥੋੜ੍ਹੀ ਬਹੁਤੀ ਜਿਵੇਂ ਹੱਸ ਰਹੇ ਸੀ ਸਮਝ ਆ ਗਈ ਜੀ ਪਹਿਲੇ ਇਤਨੀ ਮਜ਼ਬੂਤ ਸੀ ਨਾ ਪਹਿਲੇ ਉਹ ਇੱਕ ਮੁੱਦਤ ਹੋ ਜਾਂਦੀ ਹੈ ਨਾ ਇੱਕ ਚੀਜ਼ ਕੀ ਮੁੱਦਤ ਹੋਤੀ ਹੈ ਟਾਈਮ ਪੂਰਾ ਹੋ ਜਾਂਦਾ ਹੈ ਫਿਰ ਇਹ ਖਸਤਾ ਹਾਲਤ ਕਾ ਹੋ ਗਿਆ ਥਾ ਅਬ ਇਸਕੋ ਰਿਵਿਊ ਨਹੀਂ ਕੀਆ ਉਹਨੇ ਅਬ ਇਹ ਹੋਰ ਵੀ ਖੂਬਸੂਰਤ ਹੋ ਗਿਆ ਬਸ ਇਹ ਹੋਰ ਵੀ